ਤੇ ਮੈਂ ਚਲੋ ਸਭ ਤੋਂ ਪਹਿਲਾਂ ਅੱਜ ਆਟਾ ਗੁੰਨਦੀ ਜਾਂ ਤੇ ਆਟਾ ਮੈਂ ਬਾਅਦ ਚ ਗੁੰਨਦੀ ਹੁੰਦੀ ਮੈਂ ਚਲੋ ਅੱਜ ਸਭ ਤੋਂ ਪਹਿਲਾਂ ਆਟਾ ਗੁੰਨਦੀ ਹਾਂ ਮਸ਼ਾ ਰੋਟੀਆਂ ਪਈਆਂ ਹੋਈਆਂ ਤੇ ਬਸ ਥੋੜ੍ਹਾ ਜਿਹਾ ਗੁੰਨਦੀ ਹਾਂ ਆਟਾ ਚੋ ਬੰਦਾ ਰੋਟੀ ਨਾਲ ਕਿਉਂਕਿ ਸ਼ੋਰ ਦੇ ਪਾਪਾ ਹੋਣੀ ਮਸ਼ਾ ਆਏ ਆਏ ਹੋਏ ਤੇ ਮੇਰੇ ਜੋਗੀ ਔਰ ਮੇਰੇ ਬੱਚਿਆਂ ਨੇ ਮਸ਼ਾ ਪਈ ਹੈ ਦੁਪਹਿਰ ਬਣਾਈਆਂ ਸੀ ਤਾਜ਼ੀਆਂ ਉੱਦਾਂ ਹੀ ਪਈਆਂ ਹਾਰ ਹਾਰ ਬਾਅਦ ਚ ਨਾ ਗੁੰਨਦੀ ਹਾਂ ਮੈਂ ਲੱਗੀ ਹਾਂ ਜੀ ਸਬਜ਼ੀ ਬਣਾਉਣ ਸ਼ੋਰ ਦੇ ਪਾਪਾ ਹੋਣਾਂ ਨੇ ਆਲੂ ਗੋਭੀ ਲਿਆ ਕੇ ਦਿੱਤੀ ਆ ਮੈਂ ਤਾਂ ਕਿਹਾ ਸੀ ਗੋਸ਼ਤ ਲੈ ਆਓ ਕਹਿੰਦਾ ਨਹੀਂ ਗੋਸ਼ਤ ਨੇ ਬਸ ਤੂੰ ਸਬਜ਼ੀ ਬਣਾ ਆਲੂ ਆਲੂ ਗੋਭੀ ਬਣਾ ਮੈਂ ਚਲੋ ਠੀਕ ਆ ਮੈਂ ਕਿਹਾ ਆਲੂ ਇਹ ਅੱਜ ਆਲੂ ਗੋਭੀ ਮੈਂ ਕਿਹਾ ਗੋਭੀ ਕਿਹੜੇ ਮੌਸਮ ਦੀ ਮੈਂ ਕਿਹਾ ਹਜੇ ਤੱਕ ਗਰਮੀ ਸਰਦੀਆਂ 'ਚ ਗੋਭੀ ਹੁੰਦੀ ਕਹਿੰਦਾ ਬਸ ਹੁਣ ਗਰਮੀ ਸਰਦੀ ਵਾਲੀ ਸਬਜ਼ੀ ਬਸ ਚੱਲਦੀ ਆ ਹੁਣ ਬਣਾ ਰਹੀ ਹਾਂ ਮੈਂ ਚਲੋ ਠੀਕ ਆ ਅਤੇ ਹੁਣ ਮੈਂ ਦਾਦਾ ਨਾ ਸਭ ਤੋਂ ਪਹਿਲਾਂ ਗੁੰਨਾ ਆਟਾ ਅੱਜ ਮੰਜੇ ਤੋਂ ਲੈ ਕੇ ਗੁੰਨਣ ਦਈ ਆਟਾ ਬਸ ਥੋੜਾ ਜਿਹਾ ਆਟਾ ਨਾ ਗੁੱਝ ਵੀ ਜਲਦੀ ਜਾਣਦਾ ਆਟਾ ਨੂੰ ਜਿਹੜਾ ਗੁੰਨ ਇਹ ਹੁਣ ਧੋ ਕੇ ਰੱਖਾਂਗੇ ਵਿੱਚ ਉਹ ਤੋਂ ਪਹਿਲਾਂ ਸਬਜ਼ੀ ਤਿਆਰ ਹੋ ਗਿਆ ਮਸ਼ਾ ਗੋਭੀ ਦੇ ਫੁੱਲ ਤੇ ਸੋਹਣੇ ਆ ਮਸ਼ਾ ਗੋਭੀ ਦੇ ਫੁੱਲ ਸੋਹਣੇ ਦੇ ਆਲੂ ਪੁਰਾਣੇ ਲਿਆਂਦੇ ਆ ਸੋਹਣੇ ਬਿਸਮਿਲ ਪੜ੍ਹਾਂ ਪੜ੍ਹ ਕੇ ਔਰ ਗੋਭੀ ਤੋਂ ਸ਼ੁਰੂ ਕਰਾਂ ਬਿਸਮਿਲ ਤੋਂ ਪਹਿਲਾਂ ਲਾਏ ਡੰਡਾ ਗੋਭੀ ਕਾਣੀ ਨਾ ਹੋਵੇ ਬਸ
ਮਾਸ਼ਾਅੱਲਾ ਗੋਭੀ ਨਾ ਸਾਫ਼ ਪਾਣੀ ਨਹੀਂ ਹੈਗੀ, ਸੁੰਡੀਆਂ ਨਹੀਂ ਹੈਗੀਆਂ ਵਿੱਚ। ਜਾਂ ਤਾਂ ਨਾ ਇਸ ਮੌਸਮ ਦੀ ਗੋਭੀ ਵਿੱਚ ਸੁੰਡੀਆਂ ਬਹੁਤ ਹੁੰਦੀਆਂ, ਉੱਦਾਂ ਤਾਂ ਕੀਮਾ ਕੀ ਪਾਉਣਾ ਵਾ, ਧੱਕਣਾ ਪੈ ਜਾਂਦਾ ਕੀਮਾ ਦੇ ਵਿੱਚ। ਅਤੇ ਹੁਣ ਦਾਦਾ ਜੀ ਕਰਦੀ ਹਾਂ ਸਬਜ਼ੀ ਤਿਆਰ, ਸਬਜ਼ੀ ਤਿਆਰ ਕਰਕੇ ਉਹ ਸਾਗ ਬਣਾਉਣਾ ਸ਼ੁਰੂ ਕਰਦੀ ਹਾਂ, ਉਹ ਨਾਲ ਨਾਲ ਆਪਣੇ ਭੈਣ ਨੇ ਸ਼ੇਅਰ ਕਰਦੀ ਹਾਂ। ਅਤੇ ਮੇਰੇ ਲੋਕ ਆ ਕਮਲ ਵਾਚ ਕਰਿਓ, ਲਾਈਕ ਕਰੋ, ਸ਼ੇਅਰ ਵੀ ਕਰਿਓ, ਔਰ ਕਮੈਂਟ ਵਿੱਚ ਲਾਜ਼ਮ ਦੱਸਿਓ ਮੇਰਾ ਵਲੋਗ ਕਿਸ ਤਰ੍ਹਾਂ ਲੱਗਾ। ਅਤੇ ਹੁਣ ਦਾਦਾ ਬਣਾ ਸਬਜ਼ੀ ਬਣਾ ਲਓ। ਮਾਸ਼ਾਅੱਲਾ ਨਾਦਰ ਵਿੱਚ ਹੋ ਗਈ ਤਿਆਰ ਨਾਲ ਜਾਣ ਵਾਸਤੇ, ਅਤੇ ਕੱਪੜੇ ਕੁੱਪੜੇ ਕਹਿੰਦੇ ਪਾ ਤੇ, ਦੋ ਸੂਟ ਹੀ ਪਾਏ, ਗੁਲਾਬ ਦਾ ਨਹੀਂ ਪਾਏ ਹੈਗੇ। ਅਤੇ ਤਿਆਰ ਤਿਆਰ ਕਰਕੇ ਹਾਂਜੀ, ਅਤੇ ਪਾ ਕੇ ਕਹਿੰਦੇ ਮੇਰੇ ਨਾਲ ਹੀ ਆ ਜਾਊਗੀ ਵਾਪਸ। ਅਤੇ ਸ਼ਦੇਵ ਨੇ ਜੀ ਸਖਤੀ ਨਾਲ ਫਿਰ ਮਨਾ ਕਰਤਾ ਜੀ, ਖਬਰਦਾਰ ਸਾਨੂੰ ਫੋਨ ਕਰਨ ਦੀ ਕੋਈ ਜ਼ਰੂਰਤ ਨਹੀਂ ਹੈਗੀ ਜੇ ਸਾਨੂੰ ਨਾਲ ਨਹੀਂ ਜਾਣਾ ਲੈ ਕੇ, ਕਹਿੰਦਾ ਕੋਈ ਜ਼ਰੂਰਤ ਨਹੀਂ ਸਾਨੂੰ ਫੋਨ ਕਰਨ ਦੀ। ਠੀਕ ਆ, ਮੈਂ ਪਤਾ ਥੋੜ੍ਹੇ ਦੋ ਚਾਰ ਦਿਨ ਲੱਗਣੇ, ਉਸ ਤੋਂ ਬਾਅਦ ਫਿਰ ਆਪਾਂ ਤੁਹਾਡੇ ਕੱਪੜੇ ਲੈ ਕੇ ਦੋਵਾਂ ਆ ਕੇ ਕੱਪੜੇ ਸਵਾ ਕੇ ਫਿਰ ਇਕੱਠੇ ਸਾਰੇ ਚੱਲਾਂਗੇ। ਠੀਕ ਹੈ ਨਾ। ਅੰਮਿਤਾ ਤਾਂ ਮੈਨੂੰ ਲੱਭਾ ਕੋਈ ਨਹੀਂ ਹੈਗਾ ਥਰਮਾਸ, ਅਤੇ ਕਿਉਂਕਿ ਮੈਂ ਕਹਿੰਦੀ ਸੀ ਦੂਸਰੀ ਪੇਟੀ ਫਰੋਲ ਲਾ, ਮੈਂ ਕਿਹਾ ਮੈਨੂੰ ਮੇਰੇ ਕੋਲ ਨਹੀਂ ਪੇਟੀਆਂ ਤੁਹਾਡੀਆਂ ਖੁੱਲ੍ਹਦੀਆਂ ਹੈਗੀਆਂ, ਮੇਰੇ ਕੋਲ ਪਿਆ ਵਾ, ਮਗਰ ਮੈਂ ਘਲਾ ਤਾ ਆਪਣਾ, ਜਦੋਂ ਤੁਸੀਂ ਆਇਆ ਨਾ ਮਿਲਣ ਮੈਨੂੰ, ਜਿਹੜਾ ਤੁਹਾਡੀ ਪੇਟੀ ਸੀ ਪਿਆ ਮੈਨੂੰ ਕੱਢ ਕੇ ਦੇ ਜਾਈਓ। ਚਲੋ ਚਲੋ ਠੀਕ ਹਾਂਜੀ, ਚਲੋ ਚਾਏ ਵਗੈਰਾ ਉੱਥੇ ਕੰਮ ਦੇ ਲੈ ਕੇ ਜਾਂਦੀ ਆ, ਚਲੋ ਸੁਣਤ ਹੋ ਜਾਊਗੀ। ਅਤੇ ਲੱਸੀ ਦੀਆਂ 5 ਬੋਤਲਾਂ ਪਾਤੀਆਂ, ਤੋਰੀਆਂ ਵੀ ਕੱਦੂ ਬਾਹਰੋਂ ਫਿਰ ਦੁਬਾਰਾ ਤੋੜ ਕੇ ਲਿਆਉਂਦੇ, ਦੋ ਹੋਰ ਵੱਡੇ ਵੱਡੇ ਉਹ ਵੀ ਪਾਤੀਆ ਤੋਰੀਆਂ ਕੱਦੂ, ਹੁਣ ਫੁੱਫਾ ਵੀ ਰਲ ਕੇ ਪਕਾ ਲੈਣਾ ਆਪੇ। ਹਾਂਜੀ, ਅਤੇ ਲੱਸੀ ਵੀ ਆਪੇ ਉੱਤੇ ਵੀ ਕੰਮ ਕਰ ਲੈਣਾ। ਅਤੇ ਅੰਮੀ ਨੂੰ ਹੁਣ ਫੁੱਫਾ ਨੂੰ ਦੁਆ ਸਲਾਮ ਦੇਈਓ ਬਹੁਤਾ ਬਹੁਤਾ, ਅਤੇ ਕਿਉਂਕਿ ਜੀ ਕੁਛ ਮੈਂ ਵਲੋਗ ਕੱਲ੍ਹ ਦਾ ਬਣਿਆ ਪਿਆ ਵਾ, ਅਤੇ ਕੁਛ ਮੇਰੇ ਚਲੋ ਮੈਂ ਕਿਹਾ ਮਿਕਸ ਕਰਕੇ ਚਲੋ ਅੱਜ ਪੋਜ਼ ਕਰ ਦਾਂਗੀ। ਅਤੇ ਸ਼ਰੋਜ਼ ਔਰ ਸ਼ਦੇਵ ਚੱਲੇ ਸਕੂਲ, ਤਿਆਰ ਹੋ ਗਿਆ, ਨਾਸ਼ਤਾ ਵਗੈਰਾ ਕਰ ਲਿਆ ਬੱਚਿਆਂ ਨੇ, ਮਹਾਂ ਔਰ ਮੈਂ ਵੀ ਚਲ ਗਏ, ਮਹਾਂ ਵੀ ਰੋਂਦੀ ਗਈ ਸਕੂਲੇ, ਔਰ ਦੂਸਰਾ ਬੈਗ ਛੱਡ ਗਈ, ਨਹੀਂ ਲੈ ਗਈ ਨਹੀਂ ਉਹ ਪਿਆ ਤੇਰੀਆਂ ਕਿਤਾਬਾਂ ਪਈਆਂ ਵਿੱਚ ਤੇਰੀਆਂ ਵੀ ਜ਼ਰੂਰੀ ਹੈ। ਤਿਆਰੀ ਹੋਈ ਚੱਲੇ ਕੋਲ ਖੈਰ ਖੈਰ ਜਾਣ ਸਮਾਨ ਚੱਕ ਜੀ। ਨਾਦਸ਼ ਬਹੁਤ ਖੁਸ਼ ਹੈ ਜੀ, ਸਾਰਿਆਂ ਨੂੰ ਰਵਾ ਰੂ ਕੇ ਆਪ ਬਹੁਤ ਖੁਸ਼ ਹੋ ਕੇ ਚੱਲੀ ਹੈ ਜੀ ਨਾਨੀ ਕੋਲੇ। ਚੱਲ ਭਾਈ ਨੂੰ ਮਿਲ, ਨਿੱਕੇ ਕੋਲੇ ਤੇ ਨਾ ਹੀ ਜਾਈ ਪਰੇ ਹੋ ਜਾ ਫਟ ਪਰੇ
ਪਰੇ ਹਾਜ ਚਲ ਜਾ ਚਲ ਜਾ ਮੇਰਾ ਪੁੱਤ ਰੱਖਿਆ ਜਾ ਚਲੋ ਧਿਆਨ ਰੱਖਿਓ ਚਲ ਜਾ ਜਾ ਸ਼ਾਬਾਸ਼ ਅੱਛਾ ਵੀ ਮੈਨੂੰ ਤਾਂ ਧਿਆਨ ਨਾ ਰੱਖ ਕਈ ਮੇਰਾ ਪੁੱਤ ਅੱਛਾ ਜੀ ਸਿਲੰਡਰ ਆਹ ਵਾਲਾ ਖਤਮ ਹੋ ਗਿਆ ਵਾ ਤੇ ਦੂਸਰਾ ਸਿਲੰਡਰ ਚੱਲਿਆ ਲੈਣ ਹੁਣ ਅਤੇ ਬਾਈ ਨੂੰ ਕਿਹਾ ਵਾ ਬਾਈ ਕਹਿੰਦਾ ਅੱਛਾ ਮੈਂ ਰੋਟੀ ਖਾ ਲਵਾਂ ਅਤੇ ਮੈਂ ਲੈਣ ਨਾਨਾ ਪਿਆ ਵਾਂ ਅਤੇ ਮੈਂ ਕਿਹਾ ਚਲੋ ਆਹ ਵਾਲਾ ਸਿਲੰਡਰ ਰੱਖਿਆ ਉਹ ਤਾਂ ਭਰਿਆ ਹੋਇਆ ਸਿਲੰਡਰ ਉੱਥੋਂ ਚੱਕ ਕੇ ਲਿਆ ਦਵੋ ਮੈਨੂੰ ਕਹਿੰਦੇ ਚਲੋ ਠੀਕ ਆ ਅਤੇ ਵੀਡੀਓ ਅੰਤ ਕਰਦੀ ਹਾਂ ਸਰ ਅੱਜ ਦੀ ਵੀਡੀਓ ਅਗਰ ਮੈਂ ਪਸੰਦ ਆਵੇ ਲਾਈਕ ਕਰੋ ਸ਼ੇਅਰ ਕਰਿਓ ਔਰ ਕਮੈਂਟ ਵਿੱਚ ਜੀ ਲਾਜ਼ਮੀ ਦੱਸਿਓ ਮੇਰਾ ਅੱਜ ਦਾ ਵਲੋਗ ਕਿਸ ਨੂੰ ਲੱਗਾ ਪਸੰਦ ਹੋ ਜਾਵੇ ਅੱਲਾ ਹਾਫਿਜ਼ ਅੱਲਾ ਹਾਫਿਜ਼।